ਲਓ ਜੀ, ਬੱਦਲ ਪੂਰੇ ਛਾਏ ਹੋਏ ਨੇ, ਦੇਖੋ ਕਿੰਨਾ ਵਧੀਆ ਲੱਗ ਰਿਹਾ। ਠੀਕ ਹੈ, ਪਰ ਬਾਰਿਸ਼ ਦਾ ਪਤਾ ਨਹੀਂ ਹੈਗਾ ਕਿ ਆਊਗੀ ਕਿ ਨਹੀਂ ਆਊਗੀ, ਅਤੇ ਹਵਾ ਜ਼ਰੂਰ ਚੱਲ ਰਹੀ ਹੈ। ਜਦੋਂ ਹਵਾ ਚੱਲਦੀ ਹੈ ਨਾ ਉਦੋਂ ਵਧੀਆ ਲੱਗਦਾ, ਮੈਂ ਥੋੜ੍ਹਾ ਜਿਹਾ ਬਾਹਰ ਨਿਕਲਦੀ ਹਾਂ। ਆਪਣੇ ਜਿਹੜੇ ਪੌਦੇ ਆ ਖੁਸ਼ ਹੋ ਜਾਂਦੇ ਆ, ਜਦੋਂ ਮੌਸਮ ਸਹੀ ਹੋ ਜਾਂਦਾ ਨਾ ਉਦੋਂ ਸਾਰੀਆਂ ਚੀਜ਼ਾਂ ਹੀ ਖੁਸ਼ ਹੋ ਜਾਂਦੀਆਂ ਨੇ। ਬੜੀ ਸੋਹਣੀ ਲੱਗਦੀ ਹੈ ਗ੍ਰੀਨਰੀ, ਬੱਦਲਾਂ ਬੱਦਲਾਂ ਜਿਹਾਂ ਦੇ ਵਿੱਚ। ਅਤੇ ਲਓ ਦਰਖਤ ਦੇਖੋ, ਇੱਕ ਦਿਨ ਆਪਾਂ ਦਰਖਤਾਂ 'ਤੇ ਵੀ ਇੱਕ ਵਲੌਗ ਬਣਾਉਣਾ, ਇੱਕ ਭੈਣ ਦਾ ਆਇਆ ਸੀਗਾ ਕਮੈਂਟ, ਸ਼ਾਇਦ ਭੁੱਚੋ ਕਲਾਂ ਤੋਂ ਅਮਰਜੀਤ ਭੈਣ ਸੀ ਮੈਨੂੰ ਲੱਗ ਰਿਹਾ, ਅਤੇ ਉਹ ਕਹਿੰਦੇ ਸੀਗੇ ਵੀ ਦਰਖਤਾਂ 'ਤੇ ਵੀ ਇੱਕ ਵਾਰ ਤੁਸੀਂ ਵਲੌਗ ਜ਼ਰੂਰ ਬਣਾਓ, ਕਿ ਲੋਕ ਹੈ ਨਾ ਜਿਹੜੇ ਇਸ ਕਰਕੇ ਨਹੀਂ ਹੁਣ ਲਾ ਰਹੇ ਹੈਗੇ ਦਰਖਤ ਵਗੈਰਾ ਕਿ ਗੰਦ ਪਊਗਾ। ਅਤੇ ਜੇ ਘਰ ਦੇ ਵਿੱਚ ਕਦੇ ਸਾਡਾ ਦਰਖਤ ਦੂਜੇ ਗੁਆਂਢੀਆਂ ਦੇ ਚੱਲਿਆ ਵੀ ਜਾਵੇ, ਉਹ ਵੈਸੇ ਫੋਰ ਐਗਜ਼ਾਮਪਲ ਕਹਿ ਰਹੇ ਸੀ ਕਿ ਜੇ ਆਪਣੇ ਘਰੋਂ ਦੂਜੇ ਗੁਆਂਢੀਆਂ ਦੇ ਘਰ ਕੰਧ ਉੱਪਰ ਦੀ ਦਰਖਤ ਚੱਲਿਆ ਵੀ ਜਾਵੇ ਤਾਂ ਫਿਰ ਉੱਧਰਲੇ ਪਾਸੇ ਕੱਟ ਦਿੰਦੇ ਨੇ ਕਿ ਸਾਡੇ ਗੰਦ ਪੈਂਦਾ। ਅਤੇ ਆਪਾਂ ਉਹਨਾਂ ਦਰਖਤਾਂ 'ਤੇ ਵੀ ਇੱਕ ਦਿਨ ਵਲੌਗ ਹੈ ਜਿਹੜਾ ਉਹ ਜ਼ਰੂਰ ਪਾਉਣਾ, ਮੈਨੂੰ ਯਾਦ ਹੈ। ਪਰ ਕਈ ਵਾਰ ਹੋਰ ਜਿਹੜੇ ਟੌਪਿਕ ਹੁੰਦੇ ਨੇ ਹੈ ਨਾ ਉਹ ਮੇਰੇ ਪਹਿਲਾਂ ਯਾਦ ਆ ਜਾਂਦੇ ਨੇ ਅਤੇ ਮੈਂ ਫਿਰ ਉਹਦੇ 'ਤੇ ਵਲੌਗ ਬਣਾ ਦਿੰਦੀ ਹਾਂ। ਕੋਈ ਗੱਲ ਨਹੀਂ ਜੀ, ਆਪਾਂ ਸਾਰੇ ਵਲੌਗ ਬਣਾਵਾਂਗੇ। ਅਤੇ ਇਹ ਬੂਟੇ ਤਾਂ ਬਹੁਤ ਭੈਣਾਂ ਨੇ ਮੈਨੂੰ ਅਲੱਗ ਅਲੱਗ ਨਾਮ ਦੱਸੇ ਨੇ, ਮੈਨੂੰ ਬਹੁਤ ਵਧੀਆ ਲੱਗਿਆ। ਅਤੇ ਚਲੋ ਮੈਂ ਵੀ ਵੈਸੇ ਮਾਲੀ ਤੋਂ ਵੀ ਮੈਂ ਪੁੱਛੂੰਗੀ ਕਿ ਇਹਦਾ ਨਾਮ ਕੀ ਹੈ, ਮਾਲੀ ਮੈਨੂੰ ਦੱਸੀ। ਬਹੁਤ ਸਾਰੀ ਗ੍ਰੀਨਰੀ ਆ, ਦੇਸ਼ ਦੇ ਪਾਪਾ ਦੇ ਲਾਏ ਹੋਏ ਆ ਗਮਲੇ ਨੇ ਸਾਰੇ, ਜਿਹੜੇ ਮੈਂ ਰੰਗ ਕੀਤੇ ਹੋਏ ਨੇ ਨਾ ਯੈਲੋ ਬਲੂ ਗ੍ਰੀਨ ਹੈ ਨਾ, ਇਹ ਸਾਰੇ ਗਮਲੇ ਦੇਸ਼ ਦੇ ਪਾਪਾ ਦੇ ਨੇ ਅਤੇ ਉਹਨਾਂ ਨੇ ਲਾਏ ਹੋਏ ਬੂਟੇ ਸੀਗੇ। ਮੈਂ ਸੰਗਰੂਰੋਂ ਚੱਕ ਕੇ ਲੈ ਕੇ ਆਈ ਸੀਗੀ ਅਤੇ ਫਿਰ ਉਹਨਾਂ ਨੂੰ ਮੈਂ ਲਿਆ ਕੇ ਇੱਥੇ ਰੰਗ ਕਰਿਆ ਸੀਗਾ। ਠੀਕ ਹੈ ਜੀ, ਲਓ ਜੀ, ਜਿਹੜਾ ਆਪਾਂ ਪਰਸੋਂ ਵਲੌਗ ਪਾਇਆ ਸੀ ਨਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਨਜੀਤ ਮੈਡਮ ਨੇ ਮੈਨੂੰ ਜਿਹੜੀ ਕੋਫਤਿਆਂ ਦੀ ਸਬਜ਼ੀ ਲਿਆ ਕੇ ਦਿੱਤੀ ਸੀ ਕਿ ਤੁਸੀਂ ਦੱਸਿਓ ਵੀ ਮੈਂ ਕੀ ਪਾ ਕੇ ਦੇਵਾਂ ਇਹਦੇ ਵਿੱਚ। ਭੈਣਾਂ ਨੇ ਇੰਨੇ ਵਧੀਆ ਮੈਨੂੰ ਕਮੈਂਟ ਕੀਤੇ, ਕੋਈ ਕਹਿੰਦਾ ਸੀ ਗੁੜ ਪਾ ਦਿਓ, ਕੋਈ ਕਹਿੰਦਾ ਸੀ ਖੰਡ ਪਾ ਦਿਓ, ਕੋਈ ਕਹਿੰਦਾ ਸੀ ਸਵੀਟ ਡਿਸ਼ ਪਾ ਦਿਓ, ਮਤਲਬ ਉਹਨਾਂ ਨੇ ਪੂਰੀਆਂ ਆਪਦੀਆਂ ਵਧੀਆ ਸਲਾਹਾਂ ਦਿੱਤੀਆਂ। ਮੈਨੂੰ ਇੰਨਾ ਵਧੀਆ ਲੱਗਦਾ ਤੁਹਾਡੀਆਂ ਸਲਾਹਾਂ ਜਦੋਂ ਮੈਂ ਪੜ੍ਹਦੀ ਹਾਂ ਹੈ ਨਾ, ਅਤੇ ਐਂ ਲੱਗਦਾ ਵੀ ਮੇਰਾ ਬਹੁਤ ਵੱਡਾ ਪਰਿਵਾਰ ਹੈ ਅਤੇ ਸਾਰੇ ਮੇਰਾ ਖਿਆਲ ਰੱਖ ਰਹੇ ਨੇ। ਥੈਂਕ ਯੂ ਜੀ, ਤੁਸੀਂ ਜੋ ਵੀ ਮੈਨੂੰ ਦੱਸਿਆ ਅੱਗੇ ਤੋਂ ਮੈਂ ਧਿਆਨ ਰੱਖੂੰਗੀ। ਗੱਲ ਤੁਹਾਡੀ ਸਹੀ ਹੈ, ਖਾਲੀ ਭਾਂਡਾ ਵੈਸੇ ਦੇਣਾ ਤਾਂ ਚਾਹੀਦਾ ਨਹੀਂ ਹੈਗਾ, ਅਤੇ ਪਰ ਮੈਂ ਨਿਕੰਮੀ ਹੈ ਇਸ ਗੱਲ ਨੂੰ, ਕਈ ਵਾਰੀ ਇਸ ਤਰ੍ਹਾਂ ਕਰ ਜਾਂਦੀ ਹਾਂ, ਮੈਂ ਉੱਥੇ ਕਰ ਜਾਂਦੀ ਹਾਂ ਇਸ ਤਰ੍ਹਾਂ ਜਿੱਥੇ ਕੋਈ ਫੋਰਮੈਲਿਟੀ ਨਾ ਹੋਵੇ, ਜਿੱਥੇ ਫੋਰਮੈਲਿਟੀ ਹੋਵੇ ਉੱਥੇ ਮੈਂ ਨਹੀਂ ਕਰਦੀ ਹੈਗੀ, ਉੱਥੇ ਮੈਂ ਧਿਆਨ ਰੱਖਦੀ ਹਾਂ। ਪਰ ਕਿਉਂਕਿ ਮਨਜੀਤ ਮੈਡਮ ਨਾਲ ਮੇਰੀ ਕੋਈ ਫੋਰਮੈਲਿਟੀ ਨਹੀਂ ਸੀਗੀ, ਇਸ ਕਰਕੇ ਮੈਂ ਨਹੀਂ ਪਾਇਆ ਉਹਦੇ ਵਿੱਚ ਕੁਛ। ਅਤੇ ਤੁਸੀਂ ਕਿਹਾ ਵੀ ਮਨਜੀਤ ਮੈਡਮ ਅਤੇ ਲਖਵੀਰ ਨੂੰ ਵੀ ਸਾਨੂੰ ਮਿਲਾਓ, ਜਦੋਂ ਵੀ ਪਰਮਾਤਮਾ ਨੇ ਮੌਕਾ ਦਿੱਤਾ ਉਹ ਇਕੱਠੇ ਹੋਏ, ਮੈਂ ਉਹਨਾਂ ਨੂੰ ਮਿਲੀ ਅਤੇ ਮੈਂ ਤੁਹਾਨੂੰ ਜ਼ਰੂਰ ਮਿਲਾਊ। ਲਖਵੀਰ ਨੂੰ ਤਾਂ ਮੈਂ ਵੀ ਨਹੀਂ ਮਿਲੀ ਅਜੇ, ਅਤੇ ਜਦੋਂ ਵੀ ਆਪਾਂ ਕਦੇ ਮਿਲੇ ਤਾਂ ਮੈਂ ਤੁਹਾਨੂੰ ਜ਼ਰੂਰ ਵਲੌਗ ਦੇ ਵਿੱਚ ਉਹਨਾਂ ਨੂੰ ਜ਼ਰੂਰ ਲਊਂਗੀ ਅਤੇ ਤੁਹਾਨੂੰ ਮਿਲਾਊਂਗੀ। ਅਤੇ ਲਓ ਜੀ, ਬੱਦਲ ਤਾਂ ਹੋਰ ਵੀ ਜ਼ਿਆਦਾ ਚੜ੍ਹਿਆ ਆ, ਕਾਫੀ ਜ਼ਿਆਦਾ ਕਾਲਾ ਹੋ ਰਿਹਾ, ਮੈਂ ਫਿਰ ਦਿਖਾਉਣੀ ਆ ਤੁਹਾਨੂੰ, ਨਜ਼ਾਰਾ ਬੜਾ ਹੀ ਜ਼ਿਆਦਾ ਸੋਹਣਾ ਹੈ ਹੁਣ। ਲਓ ਕਿੰਨਾ ਜ਼ਿਆਦਾ ਬੱਦਲ ਛਾ ਗਿਆ, ਬਿਲਕੁਲ ਕਾਲਾ ਹੋ ਗਿਆ। ਅਤੇ ਦਿਨ ਹੈਗਾ ਜੀ ਅੱਜ ਸੰਡੇ ਦਾ, ਅਤੇ ਮੌਸਮ ਬੜਾ ਸੁਹਾਵਣਾ, ਅਤੇ ਮੈਂ ਅੱਜ ਕਿਤੇ ਜਾ ਰਹੀ ਹਾਂ, ਅਤੇ ਅੱਜ ਮੈਂ ਅਤੇ ਬੀਬੀ ਕਿਤੇ ਚੱਲੇ ਹਾਂ, ਇਸ ਕਰਕੇ ਮੈਂ ਤਿਆਰ ਹੋਈ ਹੋਈ ਹਾਂ ਸਵੇਰੇ। ਟਾਈਮ ਹਜੇ ਜ਼ਿਆਦਾ ਨਹੀਂ ਹੋਇਆ, 9 ਵਜੇ ਦਾ ਟਾਈਮ ਹੈ, ਅਤੇ ਬਾਲ ਬੂਲ ਮੈਂ ਕੱਲ੍ਹ ਹੀ ਧੋਲੇ ਸੀਗੇ, ਅਤੇ ਕਿਉਂਕਿ ਮੈਨੂੰ ਪਤਾ ਸੀਗਾ ਵੀ ਕੱਲ੍ਹ ਨੂੰ ਜਾਣਾ, ਅਤੇ ਅੱਜ ਅਸੀਂ ਚੱਲੇ ਹੈਗੇ ਹਾਂ ਮੇਰੇ ਪੇਕਿਆਂ ਦੇ ਪਿੰਡ ਬੁੱਟਰ ਸ਼੍ਰੀ, ਬਠਿੰਡਾ ਮੁਕਤਸਰ ਰੋਡ 'ਤੇ ਮੇਰਾ ਪਿੰਡ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਅਤੇ ਅੱਜ ਮੈਂ ਉੱਥੇ ਚੱਲੀ ਹਾਂ। ਅਤੇ ਐਕਚੁਲੀ ਅੱਜ ਉੱਥੇ ਨਾ ਲੋਕ ਮਿਸ ਹੈਪਨਿੰਗ, ਜਿਵੇਂ ਘਰਾਂ ਦੇ ਵਿੱਚ ਹੈ ਨਾ ਡੈਥਸ ਹੋਈਆਂ ਨੇ, ਅਤੇ ਉੱਥੇ ਫਿਰ ਬੀਬੀ ਨੇ ਜਾਣਾ ਸੀਗਾ, ਇਸ ਕਰਕੇ ਮੈਂ ਬੀਬੀ ਨੂੰ ਲੈ ਕੇ ਜਾ ਰਹੀ ਹਾਂ ਹੈ ਨਾ। ਉਹ ਵੀ ਵਿਚਾਰੇ ਮੇਰੇ ਬ੍ਰਦਰ ਵੀ ਕੀ ਕਰਨ ਹੈ ਨਾ,
ਇਹੋ ਜਿਹਾ ਕੁਛ ਚੱਲਦਾ ਹੀ ਰਹਿੰਦਾ ਪਿੰਡ ਦੇ ਵਿੱਚ ਦੁਖਦਾ ਸੁਖਦਾ, ਅਤੇ ਫਿਰ ਬੀਬੀ ਨੂੰ ਉਹ ਲੈ ਕੇ ਜਾਂਦੇ ਨੇ, ਛੱਡ ਕੇ ਜਾਂਦੇ ਨੇ। ਮੈਂ ਕਿਹਾ ਚਲੋ ਅੱਜ ਮੇਰੀ ਛੁੱਟੀ ਸੀਗੀ, ਮੈਂ ਤੈਨੂੰ ਲੈ ਜਾਂਦੀ ਹਾਂ ਅਤੇ ਆਪਾਂ ਜਾ ਆਵਾਂਗੇ, ਹੈ ਨਾ, ਵਾਪਸ ਆ ਜਾਂਗੇ ਛੇਤੀ। ਅਤੇ ਪਰ ਮੈਂ ਕਿਸੇ ਦੇ ਦੁੱਖ ਦੇ ਸੁੱਖ ਦੇ ਨਹੀਂ ਜਾਂਦੀ, ਮੈਂ ਤੁਹਾਨੂੰ ਦੱਸਦਾ ਅੱਜ ਮੈਂ ਕਿਉਂ ਨਹੀਂ ਜਾਂਦੀ। ਉਹਦਾ ਕਾਰਨ ਆ, ਇੱਕ ਉਹਦਾ ਕਾਰਨ ਇਹ ਹੈ, ਵੈਸੇ ਤਾਂ ਜਾਣਾ ਚਾਹੀਦਾ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ, ਪਰ ਮੈਂ ਤਾਂ ਨਹੀਂ ਜਾਂਦੀ ਕਿਉਂਕਿ ਮੈਨੂੰ ਪਤਾ ਹੈ ਵੀ ਉੱਥੇ ਜਾ ਕੇ ਸਾਰੀਆਂ ਲੇਡੀਜ਼ ਨੇ ਆਦੇਸ਼ ਦੇ ਪਾਪਾ ਦੀ ਗੱਲ ਜ਼ਰੂਰ ਛੇੜਨੀ ਆ। ਦੇਖੋ ਜੀ, ਅਗਲਾ ਤਾਂ ਇੱਕ ਮਿੰਟ ਦੇ ਵਿੱਚ ਗੱਲ ਛੇੜ ਕੇ ਪਾਸੇ ਹੋ ਜਾਂਦਾ, ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ, ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਅਗਲਾ ਤਾਂ ਇੱਕ ਵਾਰੀ ਗੱਲ ਛੇੜ ਕੇ ਪਾਸੇ ਹੋ ਜਾਂਦਾ, ਫਿਰ ਉਹਦਾ ਅਸਰ ਤੁਹਾਡੇ 'ਤੇ ਕਿੰਨਾ ਹੁੰਦਾ ਉਹ ਤੁਹਾਨੂੰ ਹੀ ਪਤਾ ਹੈ, ਠੀਕ ਹੈ। ਅਤੇ ਇਸ ਕਰਕੇ ਮੈਂ ਜਾਂਦੀ ਨਹੀਂ ਹਾਂ, ਮੈਨੂੰ ਪਤਾ ਮੈਂ ਬੈਠ ਕੇ ਗੱਲ ਕਰਦੀ ਹਾਂ, ਮੈਨੂੰ ਪਤਾ ਹੈ ਕਿ ਉਹਨਾਂ ਨੇ ਗੱਲ ਛੇੜਨੀ ਆ, ਅਗਲੇ ਨੇ ਛੇੜ ਕੇ ਤੁਰ ਜਾਣਾ ਅਤੇ ਉਹਦਾ ਮੇਰੇ 'ਤੇ ਅਸਰ ਕਿੰਨੀ ਦੇਰ ਰਹਿਣਾ ਹੈ ਉਹ ਫਿਰ ਮੈਨੂੰ ਹੀ ਪਤਾ। ਇਸ ਕਰਕੇ ਮੈਂ ਇਹੋ ਜਿਹੀਆਂ ਚੀਜ਼ਾਂ ਨੂੰ ਅਵੋਇਡ ਕਰ ਜਾਂਦੀ ਹੁੰਦੀ ਹਾਂ। ਮੈਂ ਕਦੇ ਵੀ ਹੁਣ ਭੋਗ ਵਗੈਰਾ 'ਤੇ ਪੇਕਿਆਂ ਦੇ ਪਿੰਡ ਮੈਂ ਨਹੀਂ ਜਾਂਦੀ ਹੈਗੀ, ਦੁੱਖ ਦਾ ਸੁੱਖ ਦਾ ਕੋਈ ਵੀ ਕਿਸੇ ਦੇ ਘਰਾਂ 'ਚੋਂ ਜਾਂ ਜਿਵੇਂ ਵੀ ਹੈ, ਹੈ ਨਾ, ਮੈਂ ਜਾਂਦੀ ਨਹੀਂ ਹੈਗੀ। ਬੀਬੀ ਨੂੰ ਮੈਂ ਸਾਫ ਮਨਾ ਕਰ ਦਿੰਦੀ ਹਾਂ, ਪਹਿਲਾਂ ਬੀਬੀ ਮੈਨੂੰ ਬਹੁਤ ਕੰਪੈਲ ਕਰਦੀ, ਤੂੰ ਜਾਂਦੀ ਨਹੀਂ ਹੈਗੀ, ਸਾਰੀਆਂ ਘਰਾਂ ਦੀਆਂ ਕੁੜੀਆਂ ਆਉਂਦੀਆਂ ਨੇ, ਤੂੰ ਵੀ ਜਾਇਆ ਕਰ, ਅਗਲਾ ਕੀ ਕਹੂਗਾ। ਮੈਂ ਕਿਹਾ ਵੀ ਜੋ ਮਰਜ਼ੀ ਅਗਲਾ ਕਹੀ ਜਾਵੇ ਪਰ ਮੈਂ ਨਹੀਂ ਜਾਣਾ, ਮੈਂ ਕਿਸੇ ਦੇ ਨਹੀਂ ਜਾਣਾ, ਮੈਨੂੰ ਨਾ ਕਿਹਾ ਕਰ ਬਸ। ਮੈਂ ਬੀਬੀ ਨੂੰ ਫਿਰ ਸਾਫ ਹੀ ਕਹਿਤਾ ਸੀ ਵੀ ਮੈਨੂੰ ਕਿਹਾ ਨਾ ਕਰ, ਮੈਂ ਜਾਣਾ ਨਹੀਂ ਹੈਗਾ। ਅਤੇ ਫਿਰ ਮੈਂ ਬੀਬੀ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਮੇਰੀ ਗੱਲ ਸੁਣੋ, ਅਗਲੇ ਨੇ ਤਾਂ ਨਾ ਆਦੇਸ਼ ਦੇ ਪਾਪਾ ਦੀ ਗੱਲ ਛੇੜਨੀ ਆ, ਜਾਂ ਮੇਰੇ ਵੱਲ ਅਜੀਬ ਅਜੀਬ ਨਜ਼ਰਾਂ ਨਾਲ ਦੇਖਣਾ ਉਹਨਾਂ ਨੇ ਕਿ ਇਹ ਵਿਚਾਰੀ, ਮੈਂ ਵਿਚਾਰੀ ਨਹੀਂ ਬਣਨਾ ਚਾਹੁੰਦੀ ਬਸ। ਮੈਨੂੰ ਪਤਾ ਹੈ ਅਗਲਾ ਵਿਚਾਰੀ ਕਹਿੰਦਾ, ਲੈ ਇਹ ਵਿਚਾਰੀ ਕੁੜੀ ਆ ਜਿਹਦੇ ਪ੍ਰਾਹੁਣੇ ਦੀ ਡੈਥ ਹੋਈ ਹੈ, ਤੁਹਾਨੂੰ ਪਤਾ ਪਿੰਡਾਂ 'ਚ ਇਸ ਤਰ੍ਹਾਂ ਹੀ ਗੱਲ ਕਰਦੀਆਂ ਹੁੰਦੀਆਂ ਨੇ, ਹੈ ਨਾ। ਅਤੇ ਮੈਥੋਂ ਇਹ ਗੱਲ ਹੈ ਜਿਹੜੀ ਕਿ ਉਹਨਾਂ ਦੀ ਡੈਥ ਹੋਈ ਹੈ, ਇਹ ਗੱਲ ਮੇਰੇ ਸੂਲ ਵਾਂਗੂੰ ਚੁੱਭ ਜਾਂਦੀ ਹੈ। ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਕਰੇ। ਅਤੇ ਫਿਰ ਉਹਦਾ ਮੇਰੇ 'ਤੇ ਪਤਾ ਨਹੀਂ ਕਿੰਨੇ ਦਿਨ ਅਸਰ ਰਹਿ ਜਾਂਦਾ ਇਹਨਾਂ ਚੀਜ਼ਾਂ ਦਾ। ਅਤੇ ਮੈਂ ਇਹਨਾਂ ਜਗ੍ਹਾ ਤੋਂ, ਇਹ ਥਾਵਾਂ ਤੋਂ, ਹੈ ਨਾ, ਇਹ ਜੋ ਮਾਹੌਲ ਤੋਂ ਮੈਂ ਦੂਰੀ ਬਣਾ ਕੇ ਰੱਖਦੀ ਹਾਂ। ਸੋ ਉਸ ਤੋਂ ਬਾਅਦ ਫਿਰ ਬੀਬੀ ਨੇ ਵੀ ਮੈਨੂੰ ਹੁਣ ਨਹੀਂ ਕਿਹਾ, ਬੀਬੀ ਸਮਝਦੀ ਹੈ ਹੁਣ ਗੱਲ ਨੂੰ ਕਿ ਤਾਂ ਨਹੀਂ ਜਾਣਾ ਚਾਹੁੰਦੀ। ਅਤੇ ਦੇਖੋ ਸਹੁਰਿਆਂ ਦੇ ਤਾਂ ਮੈਨੂੰ ਜਾਣਾ ਪੈਂਦਾ ਕਿਉਂਕਿ ਇਹ ਫਰਕ ਤਾਂ ਦੇਖੋ ਹੁੰਦਾ ਹੀ ਆ, ਹੈ ਨਾ। ਅਤੇ ਸਹੁਰਿਆਂ ਦੇ ਵਿੱਚ ਮੈਨੂੰ ਜਾਣਾ ਪੈਂਦਾ, ਫਿਰ ਸਹੁਰੇ ਤਾਂ ਅਗਲਾ ਕਹਿ ਦਿੰਦਾ ਵੀ ਸਾਰਿਆਂ ਨਾਲ ਹੀ ਬੀਤਦੀਆਂ ਨੇ, ਹੈ ਨਾ, ਇਹ ਤਾਂ ਇਕੱਲੀ ਨਾਲ ਹੋਈ ਹੈ। ਅਤੇ ਪੇਕਿਆਂ ਦੇ ਸਭ ਜਾਂਦਾ ਹੁੰਦਾ। ਸੋ ਪੇਕਿਆਂ ਦੇ ਤਾਂ ਮੈਂ ਕਦੇ ਵੀ ਘਰਾਂ ਘੁਰਾਂ 'ਚ ਦੁੱਖ ਦੇ ਸੁੱਖ ਦੇ ਮੈਂ ਨਹੀਂ ਜਾਂਦੀ ਹੈਗੀ, ਅਤੇ ਪਰ ਸਹੁਰੇ ਤਾਂ ਮੈਂ ਜ਼ਰੂਰ ਜਾਂਦੀ ਹਾਂ, ਠੀਕ ਹੈ ਜੀ। ਉੱਥੇ ਜਾਣਾ ਦੇਖੋ ਮੇਰੀ ਮਜਬੂਰੀ ਆ, ਮੈਨੂੰ ਜਾਣਾ ਹੀ ਪਊਗਾ, ਦੇਖਣਾ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸੋਚਣੀਆਂ ਪੈਂਦੀਆਂ ਨੇ। ਸੋ ਉੱਥੇ ਆਪਾਂ ਜਾਂਦੇ ਹਾਂ, ਪਰ ਪੇਕਿਆਂ ਦੇ ਮੈਂ ਨਹੀਂ ਜਾਂਦੀ। ਹੁਣ ਮੈਂ ਬੀਬੀ ਦੇ ਨਾਲ ਜਾ ਰਹੀ ਹਾਂ ਅੱਜ, ਬੀਬੀ ਨੇ ਇੱਕ ਭੋਗ 'ਤੇ ਜਾਣਾ, ਪਰ ਮੈਂ ਭੋਗ 'ਤੇ ਨਹੀਂ ਜਾਂਦੀ। ਮੈਂ ਜਾਊਂਗੀ ਆਪਣੇ ਚਾਚਾ ਜੀ ਦੇ ਘਰ, ਜਿੱਥੇ ਮੈਂ ਪਹਿਲਾਂ ਵੀ, ਮਤਲਬ ਜਦੋਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸੀ, ਅਸੀਂ 2 ਦਿਨ ਲਾ ਕੇ ਆਏ ਸੀਗੇ, ਅਤੇ ਮੈਂ ਉੱਥੇ ਹੀ ਜਾਣਾ ਉਹਨਾਂ ਦੇ ਘਰ। ਮੈਂ ਭਰਜਾਈ ਕੋਲ ਬੈਠੂੰਗੀ, ਭਤੀਜੇ ਕੋਲ ਬੈਠੂੰਗੀ, ਅਤੇ ਬੀਬੀ ਨੇ ਜਾਣਾ ਬਸ, ਬੀਬੀ ਜਾ ਕੇ ਆਊਗੀ ਭੋਗ 'ਤੇ, ਪਰ ਮੈਂ ਨਹੀਂ ਜਾਊਂਗੀ। ਹੋ ਸਕਦਾ ਮੈਂ ਇੱਕ ਘਰ ਦੇ ਅਫਸੋਸ ਜ਼ਰੂਰ ਕਰਿਆ ਵਾਂ, ਕਿਉਂਕਿ ਉਹਨਾਂ ਦੇ ਅੱਜ ਭੋਗ ਨਹੀਂ ਹੈਗਾ, ਉਹ ਘਰ ਦੇ ਚਾਚਾ ਜੀ ਦੇ ਘਰ ਦੇ ਬਿਲਕੁਲ ਨੇੜੇ ਘਰ ਹੈ, ਅਤੇ ਉਹ ਸਾਡੀ ਮਾਸੀ ਲੱਗਦੀ ਸੀ, ਕਿਉਂਕਿ ਸਾਡੇ ਨਾਨਕਿਆਂ ਦੇ ਪਿੰਡ ਦੇ ਨਾਲ ਹੀ ਪਿੰਡ ਸੀਗਾ ਉਹਨਾਂ ਦਾ, ਡੇਲਿਆਂਵਾਲੀ ਤੋਂ ਸੀਗੇ ਉਹ, ਇਸ ਕਰਕੇ ਉਹਨਾਂ ਨੂੰ ਅਸੀਂ ਸਾਰੇ ਮਾਸੀ ਕਹਿੰਦੇ ਹੁੰਦੇ ਸੀਗੇ। ਅਤੇ ਉਹਦੀ ਡੈਥ ਹੋਈ ਹੈ ਮਾਸੀ ਦੀ, ਅਤੇ ਚਲੋ ਪੁੱਤ ਪੋਤਿਆਂ ਵਾਲੇ ਸੀਗੇ ਉਹ ਵੀ, ਅਤੇ ਉੱਥੇ ਐਂ ਹੁੰਦਾ ਕੋਈ ਜ਼ਿਆਦਾ ਇਕੱਠ ਨਹੀਂ ਹੁੰਦਾ, ਘਰ ਦੇ ਹੁੰਦੇ ਆ, ਅਤੇ 2 ਮਿੰਟ ਬੈਠ ਕੇ ਆਪਾਂ ਅਫਸੋਸ ਕਰਕੇ ਆ ਜਾਂਦੇ ਹਾਂ। ਪਰ ਭੋਗ ਵਗੈਰਾ ਚੀਜ਼ਾਂ ਇਕੱਠ ਵਾਲੀਆਂ ਥਾਵਾਂ 'ਤੇ ਮੈਂ ਨਹੀਂ ਜਾਂਦੀ। ਮੈਨੂੰ ਤਾਂ ਨਾ ਵਿਆਹ ਸ਼ਾਦੀ 'ਤੇ ਜਾਣਾ ਵੀ ਹੁਣ ਔਖਾ ਲੱਗਦਾ ਹੁੰਦਾ ਵੀ ਅਗਲਾ ਮੇਰੇ ਨਾਲ, ਮੇਰੇ ਵੱਲ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਦਾ, ਤੁਹਾਨੂੰ ਆਪਣੇ ਆਪ ਨੂੰ ਹੀ ਕੁਛ ਅਜੀਬ ਜਿਹਾ ਫੀਲਿੰਗ ਆਉਣ ਲੱਗ ਜਾਂਦੀ ਆ, ਹੈ ਨਾ, ਵੀ ਅਗਲਾ ਸਮਝਦਾ ਵੀ ਇਹ ਵਿਚਾਰੀ ਕਿਉਂ, ਮੈਂ ਵਿਚਾਰੀ ਕਿਉਂ, ਮੈਂ ਵਿਚਾਰੀ ਨਹੀਂ ਹੈਗੀ, ਇਸ ਕਰਕੇ ਮੈਂ ਉੱਥੇ ਨਹੀਂ ਜਾਂਦੀ, ਬਸ ਇਹੀ ਕਾਰਨ ਹੈ। ਅਤੇ ਵਿਆਹ ਸ਼ਾਦੀਆਂ 'ਚ ਵੀ ਮੇਰਾ ਮਨ ਨਹੀਂ ਹੁੰਦਾ, ਜਿੱਥੇ ਮੈਂ ਮਹੀਨਾ ਮਹੀਨਾ ਪਹਿਲਾਂ ਤਿਆਰੀ ਕਰਦੀ ਹੁੰਦੀ ਸੀ, ਹੁਣ ਮੇਰਾ ਜੀ ਨਹੀਂ ਕਰਦਾ ਹੁੰਦਾ। ਬਾਕੀ ਗੱਲ ਇਹ ਹੈਗੀ ਆ ਕਿ ਜੇ ਮੇਰੇ ਨਾਲ ਆਦੇਸ਼ ਹੋਵੇ ਤਾਂ ਸ਼ਾਇਦ ਇਸ ਤਰ੍ਹਾਂ ਨਾ ਹੋਵੇ, ਹੈ ਨਾ।
ਤੇ ਜਦੋਂ ਮੈਂ ਆਦੇਸ਼ ਨਾਲ ਕਿਤੇ ਜਾਂਦੀ ਸੀ ਜਦੋਂ ਇੱਥੇ ਸੀਗਾ ਫਿਰ ਵੀ ਮੈਨੂੰ ਥੋੜ੍ਹਾ ਸਹੀ ਫੀਲ ਹੁੰਦਾ ਸੀ ਕਿਉਂਕਿ ਉਹ ਆਪਦੇ ਪਾਪਾ ਦੀ ਥਾਂ ਭਰਦਾ ਸੀ, ਉਹਨਾਂ ਦੀ ਥਾਂ 'ਤੇ ਉਹ ਗੱਡੀ ਚਲਾਉਂਦਾ ਸੀ, ਹੈ ਨਾ। ਤਾਂ ਫਿਰ ਮੈਨੂੰ ਥੋੜ੍ਹਾ ਅੱਛਾ ਲੱਗਦਾ ਸੀਗਾ ਉਹ ਆਪਦੇ ਪਾਪਾ ਦੀ ਜਗ੍ਹਾ 'ਤੇ ਮਤਲਬ ਕਿ ਸਾਰੇ ਕੰਮ ਉੱਦਾਂ ਕਰਦਾ ਸੀਗਾ, ਠੀਕ ਹੈ ਜੀ। ਅਤੇ ਓਹੋ, ਅਤੇ ਹੁਣ ਜਦੋਂ ਉਹ ਆਊਗਾ ਅਤੇ ਫਿਰ ਮੈਨੂੰ ਅੱਛਾ ਲੱਗੂਗਾ, ਸ਼ਾਇਦ ਫਿਰ ਮੈਨੂੰ ਇਸ ਤਰ੍ਹਾਂ ਨਾ ਫੀਲ ਹੋਵੇ ਜਦੋਂ ਆਪਾਂ ਦੁਖਦੇ ਸੁਖਦੇ ਜਾਈਏ, ਸ਼ਾਇਦ ਮੈਨੂੰ ਇੱਦਾਂ ਦੀ ਫੀਲਿੰਗ ਨਾ ਆਵੇ, ਠੀਕ ਹੈ। ਅਤੇ ਵੈਸੇ ਮੈਂ ਦੁਖਦੇ ਸੁਖਦੇ ਤਾਂ ਮੈਂ ਫਿਰ ਵੀ ਨਹੀਂ ਜਾਣਾ ਚਾਹੁੰਦੀ, ਪਰ ਮੈਂ ਜਿਵੇਂ ਵਿਆਹ ਸ਼ਾਦੀ ਜਾਂਦੀ ਹਾਂ ਨਾ, ਹੁਣ ਮੈਨੂੰ ਥੋੜ੍ਹਾ ਇਕੱਲਾ ਫੀਲ ਹੁੰਦਾ ਹੈ, ਅਤੇ ਫਿਰ ਜਦੋਂ ਆਦੇਸ਼ ਮੇਰੇ ਨਾਲ ਹੁੰਦਾ ਫਿਰ ਮੈਨੂੰ ਫੀਲ ਨਹੀਂ ਹੁੰਦਾ, ਫਿਰ ਅਸੀਂ ਦੋਨੋਂ ਮਾਂ ਪੁੱਤ ਹੁੰਦੇ ਹਾਂ, ਹੈ ਨਾ। ਅਤੇ ਬਸ ਉਹ ਉਹਨਾਂ ਦੀ ਜਗ੍ਹਾ 'ਤੇ ਹੁੰਦਾ ਹੈ, ਫਿਰ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਸਾਈਡ ਵਾਲੀ ਸੀਟ 'ਤੇ ਬੈਠਦੀ ਹਾਂ ਅਤੇ ਆਦੇਸ਼ ਗੱਡੀ ਚਲਾਉਂਦਾ, ਫਿਰ ਮੈਨੂੰ ਵਧੀਆ ਫੀਲਿੰਗ ਆਉਂਦੀ ਆ ਜਿਵੇਂ ਉਹਦੇ ਪਾਪਾ ਚਲਾਉਂਦੇ ਸੀ। ਹੁਣ ਤਾਂ ਮੈਂ ਤਰਸ ਜਾਂਦੀ ਹਾਂ ਵੀ ਕਦੇ ਮੈਨੂੰ ਵੀ, ਮੈਂ ਵੀ ਗੱਡੀ ਦੇ ਵਿੱਚ ਬੈਠਾਂ ਅਤੇ ਕੋਈ ਗੱਡੀ ਹੋਰ ਚਲਾਵੇ। ਅਤੇ ਜਦੋਂ ਮੇਰੀ ਸਿਸਟਰ ਆਉਂਦੀ ਆ ਸਾਡੇ ਕੋਲ, ਫਿਰ ਮੈਂ ਆਪਦੀ ਗੱਡੀ ਬਿਲਕੁਲ ਨਹੀਂ ਚਲਾਉਂਦੀ, ਫਿਰ ਮੈਂ ਉਹਨੂੰ ਫੜਾ ਦਿੰਦੀ ਹਾਂ ਚਾਬੀ ਵੀ ਫੜ ਜਿੱਥੇ ਵੀ ਕਿਤੇ ਜਾਣਾ ਹੁੰਦਾ ਵੀ ਤੂੰ ਚਲਾ। ਅਤੇ ਜਦੋਂ ਮੈਂ ਪਟਿਆਲੇ ਗਈ ਸੀ ਉੱਥੇ ਵੀ ਮੈਂ ਦੋ ਦਿਨ ਰਹੀ, ਮੈਂ ਉਸੇ ਨੂੰ ਚਾਬੀ ਫੜਾ ਦਿੰਦੀ ਸੀ ਵੀ ਆਹ ਚੱਕ ਚਾਬੀ ਤੂੰ ਹੀ ਚਲਾ ਲਾ, ਕਿਉਂਕਿ ਮੈਨੂੰ ਨਾ ਥੋੜ੍ਹਾ ਜਿਹਾ ਬਸ ਐਂ ਹੁੰਦਾ ਵੀ ਮੈਂ ਹੁਣ ਰਿਲੈਕਸ ਜੇ ਫੀਲ ਕਰਾਂ ਕਿਤੇ ਜਾਵਾਂ। ਇਹ ਇੱਕ ਚੀਜ਼ ਤੋਂ ਪੱਕ ਵੀ ਜਾਂਦੇ ਹੁੰਦੇ ਹਾਂ, ਹੈ ਨਾ। ਫਿਰ ਮੈਂ ਉਹਨੂੰ ਕਿਹਾ, ਮੇਰੀ ਸਿਸਟਰ ਨੂੰ ਮੈਂ ਕਿਹਾ ਨਾ, ਮੈਨੂੰ ਵਧੀਆ ਲੱਗ ਰਿਹਾ ਵੀ ਅੱਜ ਮੈਂ ਵੀ ਸਾਈਡ ਵਾਲੀ ਸੀਟ 'ਤੇ ਬੈਠੀ ਹਾਂ, ਹੈ ਨਾ। ਅਤੇ ਲਓ ਜੀ, ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਅਤੇ ਹੁਣ ਮੈਂ ਲੇਟ ਨਾ ਹੋ ਜਾਵਾਂ, ਬੀਬੀ ਵੀ ਤਿਆਰ ਹੋ ਗਈ। ਅਤੇ ਹੁਣ ਆਪਾਂ ਚੱਲਦੇ ਹਾਂ, ਚੱਲ ਕੇ ਤੁਹਾਨੂੰ ਉੱਥੇ ਮਿਲਾਉਂਗੀ ਮੈਂ, ਕਿੱਥੇ ਗਈਆਂ, ਕਿਹੜੇ ਭਰਾ ਭਰਜਾਈ ਕੋਲ ਗਈਆਂ। ਭਤੀਜਾ ਵੀ ਉਡੀਕ ਰਿਹਾ, ਬਹੁਤ ਪਿਆਰ ਕਰਦਾ, ਉਹ ਵੀ ਬਹੁਤ ਜ਼ਿਆਦਾ ਪਿਆਰ ਕਰਦਾ। ਅਤੇ ਚਲੋ ਠੀਕ ਆ ਜੀ, ਬੀਬੀ ਨੂੰ ਦੇਖ ਲਾਂ ਹੁਣ ਮੈਂ ਫਿਰ। ਹਾਂ, ਮੈਂ ਜੁੱਤੇ ਪਾ ਲਾਂ, ਸ਼ੂਜ਼ ਬਦਲ ਲਾਂ। ਬੀਬੀ ਨੇ ਵੀ ਅਜੇ ਨਾ ਆਪਣੇ ਸ਼ੂਜ਼ ਪਾਏ ਨਹੀਂ ਹੈਗੇ, ਅਜੇ ਯਾਦ ਨਹੀਂ, ਅਤੇ ਬਾਅਦ 'ਚ ਕਹੂੰਗੀ। ਮੈਂ ਵੀ ਜੁੱਤੇ ਪਾ ਜਾਵਾਂ। ਲਓ ਜੀ, ਇਹ ਹੈ ਆਪਣੀ ਜੁੱਤਿਆਂ ਵਾਲੀ ਅਲਮਾਰੀ, ਪਰ ਇਹਦੇ ਵਿੱਚ ਕੋਈ ਜੁੱਤੇ ਜ਼ਿਆਦਾ ਨਹੀਂ ਹੈਗੇ। ਆਪਾਂ ਪਾਵਾਂਗੇ ਅੱਜ ਚੱਪਲ। ਕਿਉਂਕਿ ਮੈਂ ਥੋੜ੍ਹਾ ਜਿਹਾ ਸੌਖਾ ਜਿਹਾ ਹੀ ਰਹਿਣਾ ਚਾਹੁੰਦੀ ਹਾਂ, ਕਿਉਂਕਿ ਪਿੰਡ ਜਾਣਾ ਹੈ ਅਤੇ ਆਰਾਮ ਨਾਲ ਲਾਓ, ਬੈੱਡ 'ਤੇ ਬੈਠੋ, ਠੀਕ ਹੈ। ਸੋ ਇਹ ਹੈਗੇ ਉਹ ਚੱਪਲ ਜਿਹੜੇ ਮੈਂ ਪਟਿਆਲੇ ਤੋਂ ਲੈ ਕੇ ਆਈ ਸੀ, ਅਤੇ ਬਹੁਤ ਕੰਫਰਟੇਬਲ ਹੈ। ਚਲੋ ਚੱਲੀਏ, ਨਾ ਮੀਂਹ ਆਇਆ ਤਾਂ ਨਹੀਂ, ਬੱਦਲ ਬਹੁਤ ਜ਼ਿਆਦਾ ਹੈ। ਆ ਜੁੱਤੇ ਪਾਉਣ ਵਾਲੇ ਹੋਣੇ ਆ, ਪਾ। ਹਾਂ ਬਈ, ਬੀਬੀ ਸੰਦੀਪ ਕੌਰ, ਚਟਨੀ ਬਣਾ ਲਈ ਅਤੇ ਸਬਜ਼ੀ ਕਾਹਦੀ ਬਣਾਏਗੀ ਅੱਜ? ਅੱਛਾ, ਹਾਂ ਤੂੰ ਕੀ ਬਣਾਏਗੀ? ਮੇਰੇ ਖਿਆਲ 'ਚ ਨਾ ਤੂੰ ਭਿੰਡੀ ਬਣਾ ਲਾ, ਠੀਕ ਹੈ। ਹੁਣ ਧੋ ਕੇ ਰੱਖ ਦੇ ਅਤੇ ਸੁੱਕ ਜੂਗੀ, ਫਿਰ ਭਿੰਡੀ ਬਣਾ ਲੇ, ਹੈ ਨਾ, ਭਿੰਡੀ ਬਣਾ ਲੇ। ਹਾਂ ਉਹ ਨਾ ਫਿਰ ਹੋਰ ਹੀ ਹੋ ਜਾਂਦੀਆਂ ਢਿੱਲੀਆਂ ਜੀਆਂ, ਭਿੰਡੀ ਬਣਾ ਲਈ ਅਤੇ ਅਸੀਂ ਤਾਂ ਰੋਟੀ ਖਾ ਲਈ ਅਤੇ ਮਾਮੀ ਨੇ ਦੁੱਧ ਗਰਮ ਕਰਤਾ। ਬਸ ਮਾਮੀ ਤੋਂ ਪਿੱਛੋਂ ਕੰਮ ਨਾ ਕਰਾਈ ਜਾਈ, ਮਾਮੀ ਤੋਂ ਪਿੱਛੋਂ ਕੰਮ ਨਾ ਕਰਾਈ ਜਾਈ। ਮਗਰ ਦੋਨੇ ਨਹੀਂ, ਤੂੰ ਕਰੇਂਗੀ। ਆਹੋ ਚੱਲ ਠੀਕ ਹੈ ਮਾਮੀ, ਓਕੇ, ਚੰਗਾ ਬਈ। ਹਾਂ ਜੀ, ਲਵਾ ਲਿਓ ਇੱਕ ਦੂਜੀ ਦਾ। ਫੁੱਲ ਬਹੁਤ ਜ਼ਿਆਦਾ, ਫੁੱਲ ਕਿੰਨੇ ਸੋਹਣੇ ਖਿੜੇ ਪਏ ਆ, ਦਿਖਾਈ ਦੇਵਾਂ ਨੇੜੇ ਹੋ ਕੇ। ਲਓ ਜੀ, ਬਹਾਰ ਆਈ ਪਈ ਆ, ਥੋੜ੍ਹੀਆਂ ਥੋੜ੍ਹੀਆਂ ਕਣੀਆਂ ਸ਼ੁਰੂ ਹੋ ਗਈਆਂ।
ਡਿੱਗਣੀ ਆ, ਬਾਹਲਾ ਜ਼ਿਆਦਾ ਸੋਹਣਾ ਮੌਸਮ ਆ ਅੱਜ ਤਾਂ, ਮਜ਼ਾ ਹੀ ਆ ਗਿਆ ਜੇ ਐਂ ਰਹੇ, ਜੇ ਐਂ ਰਹੇ ਤਾਂ ਵਧੀਆ ਹੈ। ਹਾਂ ਚਲੋ ਬੱਦਲ ਭੱਜੇ ਜਾਂਦੇ ਆ। ਹਾਂ ਚੁੰਨੀ ਤੇਰੇ ਵੱਡੀ ਹੈ। ਲਓ ਜੀ ਅਸੀਂ ਚੱਲ ਪਏ ਹਾਂ ਪਿੰਡ ਨੂੰ, ਅਤੇ ਮੈਂ ਅਤੇ ਬੀਬੀ, ਬੀਬੀ ਤੁਹਾਨੂੰ ਮਾੜੀ ਮਾੜੀ ਦਿਸ ਰਹੀ ਹੋਣੀ ਹੈ। ਹੁਣ ਚੱਲੇ ਪਿੰਡ। ਹਾਂ ਅਤੇ ਬੀਬੀ ਖੁਸ਼ ਹੈ ਆਪਦੇ ਪਿੰਡ ਜਾ ਕੇ। ਬੀਬੀ ਨੇ ਆਪਦੇ ਭਾਣਜਿਆਂ ਨੂੰ ਮਿਲਣਾ ਹੈ, ਹੈਂ ਭਾਣਜ ਨੂੰ ਉਹਨੂੰ ਮਿਲਣਾ ਹੈ, ਦਰਾਣੀਆਂ ਜਠਾਣੀਆਂ ਨੂੰ ਮਿਲਣਾ ਹੈ, ਤੁਹਾਨੂੰ ਬਿਠਾਉਂਗੀ ਫਿਰ ਮੈਂ। ਹਾਂ ਬੀਬੀ ਖੁਸ਼ ਹੈ, ਅੱਜ ਵੀ ਮੈਂ ਮਿਲਾਉਂਗੀ ਆਪਦੇ ਕਬੀਲੇ ਨੂੰ। ਮੀਂਹ ਆ ਗਿਆ, ਲੈ ਕਣੀਆਂ ਸ਼ੁਰੂ ਹੋ ਗਈਆਂ। ਚੰਗਾ ਲੱਗਦਾ ਇਹ ਜਿਹੇ ਮੌਸਮ 'ਚ ਹੈ ਨਾ, ਗਰਮੀ ਨੇ ਤਾਂ ਇਸ ਵਾਰ ਬਦਲਾ ਹੀ ਦਿੱਤੇ। ਇਸ ਵਾਰ ਠੰਡ ਵੀ ਬੜੀ ਪਈ ਅਤੇ ਗਰਮੀ ਵੀ ਬੜੀ ਪਈ। ਲਓ ਵੀ ਹੁਣ ਆਪਾਂ ਪਹੁੰਚ ਗਏ ਹਾਂ ਕੋਟਕਪੂਰੇ। ਇਹ ਆ ਗਿਆ ਕੋਟਕਪੂਰੇ ਦਾ ਫਲਾਈਓਵਰ, ਬਸ 10 ਮਿੰਟ ਦਾ ਰਸਤਾ ਜੀ ਕੋਟਕਪੂਰਾ ਫਰੀਦਕੋਟ ਤੋਂ। ਅਤੇ ਆਪਾਂ ਜਾਣਾ ਹੈਗਾ ਪਿੰਡਾਂ ਵਿੱਚ ਨਹੀਂ, ਵੈਸੇ ਤਾਂ ਮੁਕਤਸਰ ਦੇ ਵਿੱਚੋਂ ਵੀ ਜਾਇਆ ਜਾਂਦਾ ਵੀ ਆਪਾਂ ਸਿੱਧੇ ਮੁਕਤਸਰ ਜਾਈਏ, ਅਤੇ ਮੁਕਤਸਰ ਤੋਂ ਬਾਅਦ 'ਚ ਫਿਰ ਦੋਦਾ ਲੋਹਾਰਾ ਅਤੇ ਫਿਰ ਬੁੱਟਰ ਸ਼੍ਰੀ, ਪਰ ਅਸੀਂ ਪਿੰਡਾਂ ਵਿੱਚ ਦੀ ਜਾਂਦੇ ਹੁੰਦੇ ਹਾਂ। ਸੋ ਤੁਹਾਨੂੰ ਅੱਜ ਰਸਤਾ ਦਿਖਾਵਾਂਗੇ ਅਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਦੀ ਜਾਵਾਂਗੇ। ਹੁਣ ਆਪਾਂ ਪਹਿਲਾਂ ਕੋਟਕਪੂਰੇ ਆ ਗਏ, ਕੋਟਕਪੂਰਾ ਕ੍ਰੋਸ ਕਰਾਂਗੇ ਪਹਿਲਾਂ ਆਪਾਂ, ਉਸ ਤੋਂ ਬਾਅਦ ਉੱਥੋਂ ਆਪਾਂ ਫਿਰ ਪਿੰਡਾਂ ਵਾਲੀ ਸੜਕ ਹੈ ਜਿਹੜੀ ਉਹ ਪੈ ਜਾਂਗੇ। ਕਾਫੀ ਸਾਰੇ ਪਿੰਡ ਆਉਂਦੇ ਹੁੰਦੇ ਨੇ, ਉਹ ਬੀਬੀ ਨੂੰ ਜ਼ਿਆਦਾ ਪਤਾ ਮੇਰੇ ਨਾਲੋਂ ਕਿਹੜੇ ਕਿਹੜੇ ਪਿੰਡ ਆਉਂਦੇ ਹੁੰਦੇ ਆ, ਪੁੱਛ ਪੁੱਛ ਕੇ ਦੱਸੂਗੀ ਤੁਹਾਨੂੰ ਵੀ ਕਿਹੜੇ ਪਿੰਡ ਨੇ, ਕਿਉਂਕਿ ਤੁਹਾਨੂੰ ਪਤਾ ਵੀ ਮੈਂ ਤਾਂ ਰਹੀ ਹਾਂ ਜ਼ਿਆਦਾ ਉੱਧਰ ਸੰਗਰੂਰ, ਅਤੇ ਮੈਨੂੰ ਇੱਧਰਲੇ ਪਿੰਡਾਂ ਪੁੰਡਾਂ ਦਾ ਜ਼ਿਆਦਾ ਪਤਾ ਨਹੀਂ ਹੈਗਾ। ਬੱਦਲ ਦਿਖ ਰਹੇ ਹੋਣੇ ਆ ਤੁਹਾਨੂੰ ਥੋੜ੍ਹੇ ਥੋੜ੍ਹੇ, ਉਹ ਦੇਖੋ ਕਿੰਨਾ ਸੋਹਣਾ ਮੌਸਮ ਹੈ, ਬਹੁਤ ਜ਼ਿਆਦਾ। ਇਹ ਆ ਗਿਆ ਪਿੰਡ ਹਰੀਨੋ, ਜੈਤੋ ਤੋਂ ਬਾਅਦ ਆਪਾਂ ਹਰੀਨੋ ਪਹੁੰਚ ਗਏ ਹਾਂ। ਮੌਸਮ ਇੱਥੇ ਵੀ ਉੱਦਾਂ ਦਾ ਹੀ ਆ, ਦੇਖ ਹੀ ਰਹੇ ਹੋ ਤੁਸੀਂ, ਬੜਾ ਵਧੀਆ। ਅਤੇ ਹੁਣ ਦੇਖਦੇ ਹਾਂ ਹਰੀਨੋ ਤੋਂ ਅਗਲਾ ਪਿੰਡ ਆ ਜਿਹੜਾ ਉਹ ਕਿਹੜਾ ਹੋਊਗਾ, ਮੈਂ ਤੁਹਾਨੂੰ ਦੱਸਦੀ ਜਾਊਂਗੀ ਕਿ ਸਾਡੇ ਪਿੰਡ ਦਾ ਰਸਤਾ ਕਿਹੜਾ ਹੈ। ਫਰੀਦਕੋਟ ਤੋਂ ਕੋਟਕਪੂਰਾ, ਕੋਟਕਪੂਰੇ ਤੋਂ ਹਰੀਨੋ, ਹਰੀਨੋ ਤੋਂ ਅੱਗੇ ਕੀ ਆਊਗਾ ਬੀਬੀ, ਖੱਚੜ। ਲਓ ਜੀ ਸਾਡੇ ਪਿੰਡ ਦਾ ਰਸਤਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ, ਇੰਨੀ ਗਰੀਨਰੀ ਆਲੇ ਦੁਆਲੇ ਸੜਕ ਦੇ, ਇੰਨੀ ਗਰੀਨਰੀ। ਕੁਛ ਤਾਂ ਹੁਣ ਮੌਸਮ ਇਹੋ ਜਿਹਾ ਚੱਲ ਰਿਹਾ, ਸਾਉਣ ਭਾਦੋਂ ਦਾ ਤਾਂ ਕਰਕੇ ਵੀ ਜ਼ਿਆਦਾ ਹੋਇਆ ਪਿਆ ਝਾੜ ਬੂਟੀ ਜੀ, ਅਤੇ ਪਰ ਦਰਖਤ ਵੀ ਵਾਹਵਾ ਹੈਗੇ ਨੇ, ਇੱਧਰ ਕਿੱਕਰਾਂ ਵੀ ਹੈਗੀਆਂ ਨੇ ਦੇਖ ਲਓ ਤੁਸੀਂ, ਆਮ ਕਿੱਕਰਾਂ ਅੱਜ ਕੱਲ੍ਹ ਹੁਣ ਮਿਲਦੀਆਂ ਨਹੀਂ ਆ ਦੇਖਣ ਨੂੰ, ਅਤੇ ਪਰ ਇੱਧਰ ਕਿਤੇ ਨਾ ਕਿਤੇ ਸਾਡੇ ਏਰੀਏ ਦੇ ਵਿੱਚ ਕਿੱਕਰ ਕਿਤੇ ਮਿਲ ਜਾਂਦੀ ਆ। ਲਓ ਜੀ ਅੱਗੇ ਆ ਗਿਆ ਹਰੀਨੌ ਤੋਂ ਬਾਅਦ ਕਾਸਮ ਭੱਟੀ, ਹੁਣ ਮੈਨੂੰ ਵੀ ਯਾਦ ਹੋ ਜਾਣਗੇ ਕਿਹੜੇ ਕਿਹੜੇ ਪਿੰਡ ਆ ਇੱਧਰ। ਹੁਣ ਆਪਾਂ ਕਾਸਮ ਭੱਟੀ ਪਹੁੰਚ ਗਏ ਹਾਂ, ਹੁਣ ਅਗਲਾ ਪਿੰਡ ਦੇਖਾਂਗੇ ਕਿਹੜਾ ਆਊਗਾ, ਅੱਜ ਸਾਰੇ ਪਿੰਡ ਯਾਦ ਹੋ ਜਾਣਗੇ ਮੈਨੂੰ ਵੀ ਇਸ ਚੱਕਰ 'ਚ। ਲਓ ਜੀ ਆਪਾਂ ਆ ਗਏ ਹਾਂ ਹੁਣ ਪਿੰਡ ਰਾਮੇਆਣਾ, ਕਾਸਮ ਭੱਟੀ ਤੋਂ ਅਗਲਾ ਪਿੰਡ ਰਾਮੇਆਣਾ ਆ ਗਿਆ, ਜਿੱਥੇ ਗੁਰਦੁਆਰਾ ਸਾਹਿਬ ਵੀ ਰਾਮੇਆਣੇ ਦਾ, ਮੈਂ ਤੁਹਾਨੂੰ ਦਿਖਾਉਂਗੀ ਅੱਗੇ ਜਾ ਕੇ ਆਊਗਾ ਥੋੜ੍ਹੀ ਦੂਰ ਅੱਗੇ, ਬਹੁਤ ਵੱਡਾ ਗੁਰਦੁਆਰਾ। ਹਾਂ ਕਾਫੀ ਵੱਡਾ ਗੁਰਦੁਆਰਾ ਸਾਹਿਬ ਹੈ ਇੱਥੇ, ਤੁਹਾਨੂੰ ਮੈਂ ਦਿਖਾਉਣੀ ਆ ਜਾਂਦੇ ਜਾਂਦੇ, ਦਰਸ਼ਨ ਕਰਾਉਣੇ ਆ ਤੁਹਾਨੂੰ। ਲਓ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਕਾਫੀ ਵੱਡਾ ਗੁਰਦੁਆਰਾ ਰਾਮੇਆਣੇ। ਅੱਗੇ ਤਾਂ ਦਿਖਾਉਣੀ ਆ ਤੁਹਾਨੂੰ, ਮੈਂ ਰੋਕ ਕੇ ਗੱਡੀ ਥੋੜ੍ਹਾ ਜਿਹਾ। ਇਹ
ਹੈ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਰਾਮੇਆਣਾ ਫਰੀਦਕੋਟ। ਕੋਈ ਗੱਲ ਨਹੀਂ, ਆਪਾਂ ਤਾਂ ਖੜ੍ਹੇ ਹਾਂ। ਲਓ ਜੀ ਇਹ ਹੈ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਬਹੁਤ ਸੋਹਣਾ ਗੁਰਦੁਆਰਾ ਹੈ, ਦਸਵੀਂ ਪਾਤਸ਼ਾਹੀ ਦਾ ਗੁਰਦੁਆਰਾ। ਲਓ ਜੀ ਬਾਰਿਸ਼ ਬਹੁਤ ਜ਼ਿਆਦਾ ਹੋ ਗਈ, ਇੱਕਦਮ ਤੇਜ਼ ਹੋ ਗਈ ਹੈ ਬਾਰਿਸ਼ ਇੱਥੇ ਆ ਕੇ ਰਾਮੇਆਣੇ ਤੋਂ ਅੱਗੇ। ਰਾਮੇਆਣੇ ਤੱਕ ਘੱਟ ਸੀ, ਬਸ ਅੱਗੇ ਆ ਜਾਓ ਜੀ ਮੱਲਣ, ਮੱਲਣ ਤੋਂ ਧੂਰਕੋਟ, ਧੂਰਕੋਟ ਤੋਂ ਆ ਜਾਣਗੇ ਬੁੱਟਰ ਸ਼੍ਰੀ ਆਪਣਾ ਪਿੰਡ। ਬਾਰਿਸ਼ ਬਹੁਤ ਜ਼ਿਆਦਾ ਹੈ, ਫਿਰ ਮੈਂ ਹੁਣ ਘਰੇ ਜਾ ਕੇ ਮਿਲੂੰਗੀ, ਮੈਨੂੰ ਲੱਗਦਾ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਜੇ ਰਾਹ 'ਚ ਦੇਖਿਆ ਗਿਆ ਥੋੜ੍ਹਾ ਜਿਹਾ ਸੀਗਾ, ਹੁਣ ਥੋੜ੍ਹਾ ਜਿਹਾ ਘਟਣਾ ਸ਼ੁਰੂ ਹੋ ਗਿਆ ਫਿਰ ਇੱਥੇ। ਲਓ ਜੀ ਹੁਣ ਆ ਗਏ ਆਪਾਂ ਮੱਲਣ ਪਿੰਡ, ਰਾਮੇਆਣੇ ਤੋਂ ਅਗਲਾ ਪਿੰਡ ਹੈ ਮੱਲਣ, ਇੱਥੇ ਸਾਡੇ ਭੂਆ ਜੀ ਵਿਆਹੇ ਹੋਏ ਨੇ ਦੋ। ਲਓ ਜੀ ਮੱਲਣ ਪਿੰਡ ਦੇਖ ਲਓ, ਭੂਰਾ ਵੀ ਬਾਰਿਸ਼ ਨਹੀਂ ਹੈਗੀ, ਜਮਾਂ ਹੀ ਸੁੱਕਾ ਪਿਆ, ਅਤੇ ਪਿੱਛੇ ਰਾਮੇਆਣੇ ਕਿੰਨਾ ਮੀਂਹ ਪੈ ਰਿਹਾ ਸੀ, ਹੈ ਨਾ। ਇਹ ਵੀ ਰੱਬ ਦੇ ਰੰਗ ਹੀ ਹੈ, ਬਸ ਵੱਟ ਨਾਲ ਵੱਟ ਵੀ ਛੱਡ ਜਾਂਦਾ ਕਹਿੰਦੇ ਹੁੰਦੇ ਕਈ ਵਾਰੀ, ਹੈ ਨਾ। ਅਤੇ ਇੱਥੇ ਦੇਖ ਲਓ ਬਿਲਕੁਲ ਹੀ ਸੁੱਕਾ, ਕਣੀ ਵੀ ਨਹੀਂ ਹੈਗੀ ਇੱਥੇ, ਬੱਦਲ ਹੈਗੇ ਨੇ, ਹਵਾ ਚੱਲੀ ਜਾਂਦੀ ਹੈ, ਪਰ ਬਾਰਿਸ਼ ਜਮਾਂ ਵੀ ਨਹੀਂ ਹੈਗੀ, ਸੁੱਕਾ ਪਿਆ। ਲਓ ਜੀ ਇਹ ਆ ਗਏ ਧੂਰਕੋਟ ਪਿੰਡ ਮੱਲਣ ਤੋਂ ਅੱਗੇ, ਕਿੰਨੇ ਪਿੰਡ ਦਿਖਾ ਦੇ ਤੁਹਾਨੂੰ, ਹੁਣ ਆਪਣੇ ਪਿੰਡ ਦੀ ਵਾਰੀ ਆਊਗੀ। ਸੜਕਾਂ ਪੂਰਾ ਹਾਲ, ਟੁੱਟੀਆਂ ਭੱਜੀਆਂ, ਇੱਥੇ ਕਦੇ ਵੀ ਸੜਕ ਨਹੀਂ ਬਣਦੀ ਹੈਗੀ, ਐਂ ਰਹਿੰਦੀ ਹੈ, ਜਦੋਂ ਮਰਜ਼ੀ ਆ ਜਾਓ ਇੱਥੇ। ਲਓ ਜੀ ਦੇਖੋ ਮੇਰੇ ਪੇਕਿਆਂ ਦਾ ਪਿੰਡ, ਕਿੰਨਾ ਸੋਹਣਾ ਮੌਸਮ ਹੈ ਇੱਥੇ, ਕਿੰਨੇ ਸੋਹਣੇ ਰਸਤੇ ਆ ਇੱਥੇ, ਦਰੱਖਤ ਦੇਖੋ ਤੁਸੀਂ, ਹਰੇ ਹਰੇ ਖੇਤ ਦੇਖੋ, ਠੀਕ ਹੈ, ਉਹ ਤੂੜੀ ਦਾ ਕੁੱਪ ਦੇਖੋ। ਲਓ ਜੀ ਪਹੁੰਚ ਗਏ ਆਪਾਂ ਕੰਮ ਕਰਕੇ ਦਵਾਈ ਚਾਚਾ ਜੀ ਦੇ ਘਰ, ਗੇਟ ਪਿਆ ਬੰਦ, ਹਾਲ ਮਾਰ ਕੇ ਗੇਟ ਖਲਾਉਂਦੇ ਹਾਂ, ਘਰੇ ਹੋਣਗੇ, ਘਰੇ ਹੀ ਹੋਣੇ ਆ।